6,000 ਰੁਪਏ ਨੂੰ ਲੈ ਕੇ ਹੋਇਆ ਝਗੜਾ। ਅਗਵਾਕਾਰ ਇਲੈਕਟ੍ਰੀਸ਼ੀਅਨ ਦੀ ਕੀਤੀ ਕੁੱਟਮਾਰ। ਗੁਰਦਾਸਪੁਰ ਦੇ ਕਸਬਾ ਦੀਨਾਨਗਰ ਬੇਰੀਆ ਮੁਹੱਲੇ ਵਿੱਚ 6,000 ਰੁਪਏ ਦੇ ਲੈਣ ਦੇਣ ਨੂੰ ਲੈ ਕੇ ਕੁਝ ਵਿਅਕਤੀਆਂ ਨੇ ਇੱਕ ਇਲੈਕਟ੍ਰੀਸ਼ੀਅਨ ਦਾ ਕੰਮ ਕਰਨ ਵਾਲੇ ਨੌਜਵਾਨ ਗੁਰਜੀਤ ਸਿੰਘ ਨੂੰ ਗਲੀ ਵਿੱਚੋਂ ਅਗਵਾ ਕਰਕੇ ਉਸਦੀ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਹੈ, ਜਿਸ ਤੋਂ ਬਾਅਦ ਕੁਝ ਸਮਾਜ ਸੇਵੀ ਲੋਕਾਂ ਨੇ ਉਸਨੂੰ ਛੁਡਵਾ ਕੇ ਦੀਨਾਨਗਰ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾ ਦਿੱਤਾ, ਜਿਸ ਤੋਂ ਬਾਅਦ ਡਾਕਟਰਾਂ ਨੇ ਉਸਨੂੰ ਗੁਰਦਾਸਪੁਰ ਰੈਫਰ ਕਰ ਦਿੱਤਾ, ਜਿੱਥੇ ਉਸਦਾ ਇਲਾਜ ਕੀਤਾ ਜਾ ਰਿਹਾ। ਨੌਜਵਾਨ ਨੂੰ ਅਗਵਾ ਕਰਨ ਦੀ ਵੀਡੀਓ ਵੀ CCTV ਕੈਮਰੇ ਵਿੱਚ ਕੈਦ ਹੋਈ ਹੈ। ਇਸ ਦੀ ਜਾਣਕਾਰੀ ਦਿੰਦੇ ਹੋਏ ਜ਼ਖਮੀ ਨੌਜਵਾਨ ਗੁਰਜੀਤ ਸਿੰਘ ਨੇ ਦੱਸਿਆ ਕਿ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਹੈ ਅਤੇ DJ ਦਾ ਕੰਮ ਕਰਦੇ ਬਿੱਟੂ ਨਾਮਕ ਵਿਅਕਤੀ ਨੇ ਉਸਦੇ 6,000 ਰੁਪਏ ਦੇਣੇ ਸੀ, ਜਿਸ ਨੂੰ ਲੈ ਕੇ ਬਿੱਟੂ ਨੇ ਉਸਦੇ ਨਾਲ ਪਹਿਲਾਂ ਵੀ ਝਗੜਾ ਕੀਤਾ ਹੈ ਅਤੇ ਜਿਸ ਸੰਬੰਧੀ ਉਸਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੋਈ ਹੈ। ਉੱਥੇ ਹੀ ਦੂਜੇ ਪਾਸੇ DJ ਦਾ ਕੰਮ ਕਰਦੇ ਬਿੱਟੂ ਨਾਮਕ ਵਿਅਕਤੀ ਨੇ ਕਿਹਾ ਕਿ ਉਸਨੇ ਗੁਰਜੀਤ ਸਿੰਘ ਕੋਲੋਂ 6,000 ਰੁਪਏ ਲੈਣੇ ਨੇ ਅਤੇ ਗੁਰਜੀਤ ਉਸਨੂੰ ਪੈਸੇ ਨਹੀਂ ਦੇ ਰਿਹਾ, ਜਿਸ ਕਰਕੇ ਉਹਨਾਂ ਦਾ ਪਹਿਲਾਂ ਵੀ ਝਗੜਾ ਹੋ ਚੁੱਕਿਆ, ਜਿਸ ਦੀ ਸ਼ਿਕਾਇਤ ਦੋਨਾਂ ਨੇ ਪੁਲਿਸ ਨੂੰ ਦਿੱਤੀ ਹੋਈ ਹੈ ਅਤੇ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਉਸਨੇ ਕਿਹਾ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅੱਜ ਹੀ ਗੁਰਜੀਤ ਸਿੰਘ ਨੂੰ ਗਲੀ ਵਿੱਚੋਂ ਉਸਨੂੰ ਚੁੱਕਿਆ ਗਿਆ ਹੈ। ਉਸਨੇ ਕਿਹਾ ਕਿ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਅੱਜ ਹੀ ਗੁਰਜੀਤ ਸਿੰਘ ਨੂੰ ਉਸ ਵੱਲੋਂ ਗਲੀ ਵਿੱਚੋਂ ਚੁੱਕਿਆ ਗਿਆ ਹੈ, ਕਿਉਂਕਿ ਗੁਰਜੀਤ ਸਿੰਘ ਉਸਨੂੰ ਪੈਸੇ ਨਹੀਂ ਦੇ ਰਿਹਾ ਸੀ। ਉਸਨੇ ਆਰੋਪ ਲਗਾਇਆ ਕਿ ਗੁਰਜੀਤ ਸਿੰਘ ਵੱਲੋਂ ਉਸਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਸੀ। ਠੀਕ ਹੈ ਜੀ, ਮੈਨੂੰ ਜਦੋਂ ਘਰ ਇਹ ਇਸ ਬੰਦੇ ਨੂੰ ਕੱਲ੍ਹ ਦੀ ਗੱਲਬਾਤ, ਇਹਨਾਂ ਦਾ ਕੋਈ 5-6 ਹਜ਼ਾਰ ਦਾ ਲੈਣ ਦੇਣ ਸੀ, ਕੋਈ DJ ਦੀ ਸਾਈਜ਼ ਹੋਈ, ਉਹ ਸਾਈਜ਼ DJ ਦਾ ਕੰਮ ਕਰਦਾ। ਇਹਨੇ ਜਦੋਂ ਕੱਲ੍ਹ ਵੱਲੋਂ ਕਹਿ ਦਿੱਤਾ ਵੀ ਅਸੀਂ ਦੇ ਦਿਆਂਗੇ, ਉਸ ਤੋਂ ਬਾਵਜੂਦ ਪਰਸੋਂ ਵੀ ਇਹਦੇ ਕਿਤੇ ਕੱਪੜੇ ਕੁੱਪੜੇ ਪਾੜੇ ਸੀ, ਪਰ ਚਲੋ ਉਹ ਗੱਲ ਜ਼ਿਆਦਾ ਨਹੀਂ ਹੋਈ। ਉਸ ਤੋਂ ਬਾਅਦ ਅੱਜ ਇਹ ਜਿਹੜਾ ਕੀ ਨਾਂ ਸੀ ਇਹਦਾ ਮੁੰਡੇ ਦਾ, ਬਿੱਟੂ ਬੇਰੀਆ ਮਹੱਲੇ ਤੋਂ, ਉਹ ਅਤੇ ਉਹਦੇ ਮੁੰਡੇ ਅਤੇ ਨਾਲ ਹੋਰ ਹੀ 3-4 ਮੁੰਡੇ ਇਹਨੂੰ ਗਲੀ 'ਚੋਂ ਬਾਹਰੋਂ ਚੁੱਕ ਕੇ, ਇਹਦੇ ਘਰ ਦੀ ਇਹਦੀ ਦੁਕਾਨ ਆ ਵੀ TV ਠੀਕ ਕਰਦਾ, ਉੱਥੋਂ ਚੁੱਕ ਕੇ ਲੈ ਗਏ ਘਰ, ਲੈ ਕੇ ਗਏ ਆਪਣੇ ਉੱਥੇ ਕਿਰਪਾਨਾਂ ਦੇ ਨਾਲ ਉਹਦੇ ਨਾਲ ਮਾਰਿਆ ਇਹਨੂੰ, ਆਪਣੇ ਕਿਰਪਾਨਾਂ ਦੇ ਨਾਲ, ਬੇਸਬਾਲ ਹੀ ਪਤਾ ਨਹੀਂ ਕਿਹੜੀ ਕਿਹੜੀ ਚੀਜ਼ਾਂ ਦੇ ਨਾਲ ਮਾਰਿਆ। ਉਹਦੇ ਜਨਾਨੀਆਂ ਘਰ ਦੀ ਇਹਦੀ ਮਾਤਾ ਇਹ ਸਾਰੀਆਂ ਜਾ ਕੇ ਉਹ ਮੁਹੱਲੇ ਵਾਲਿਆਂ ਜਾ ਕੇ ਬੜੀ ਮੁਸ਼ਕਿਲ ਛੁਡਾਇਆ। ਤੁਸੀਂ ਵੀਡੀਓ ਬਣਾਈ, ਇਹਦੀ ਪਿੱਠ 'ਤੇ ਦੇਖਿਆ ਕਿੱਦਾਂ ਦੇ, ਇਹਦੀ ਰੀੜ੍ਹ ਦੀ ਹੱਡੀ ਦੇ ਵਿੱਚ ਦਰਦ ਹੋ ਰਹੀ ਹੈ ਬਹੁਤ ਜ਼ਿਆਦਾ। ਉਹ ਵੀ ਦਾਖਲ ਹੋ ਜਾਂਦਾ ਕਹਿੰਦਾ ਮੇਰੇ ਵੀ ਮਾਰਿਆ ਮੁਰਿਆ ਗਿਆ। ਉਹਦੇ ਚੰਗਾ ਭਲਾ ਇੱਥੇ ਗੱਲਾਂ ਬਾਤਾਂ ਬਹਿਸ ਕਰਦਾ ਸਾਡੇ ਨਾਲ, ਇਹ ਵੀ ਮਾਰੀ ਜਾਂਦੇ ਤੁਸੀਂ, ਉਹਦੀ ਵੀਡੀਓ ਤੁਹਾਡੇ ਸਾਹਮਣੇ ਆ ਜਾਏਗੀ। ਹਰਜਿੰਦਰ ਸਿੰਘ ਰਿਪੋਰਟਰ ਨੇ ਉਹਦੀ ਬਣਾਈ ਹੈ, ਚੰਗੀ ਬਣੀਆਂ ਗੱਲਾਂ ਬਾਤਾਂ ਕੀਤੀਆਂ। ਤੁਸੀਂ ਕੀ ਮੰਗ ਕਰਦੇ ਹੋ ਭਾਜੀ ਪ੍ਰਸ਼ਾਸਨ? ਅਸੀਂ ਪ੍ਰਸ਼ਾਸਨ ਕੋਲ ਮੰਗ ਕਰਨੇ ਇਨਸਾਫ ਚਾਹੀਦਾ, ਉਹਨੂੰ ਸਖਤ ਤੋਂ ਸਖਤ ਉਹਨੂੰ ਉੱਤੇ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ। ਠੀਕ ਹੈ ਭਾਜੀ। ਜਿਹੜਾ ਇਹਨਾਂ ਮਾਰਿਆ ਕਿੰਨੇ ਜਾਣੇ ਸੀ ਜਿਹਨਾਂ ਇਹਨੂੰ ਕੁੱਟਿਆ ਮੁੰਡੇ ਨੂੰ? ਉਹ ਇਹਨਾਂ ਦੇ ਘਰ ਦੇ ਕਹਿਣ ਦੇ ਮੁਤਾਬਕ, ਮੈਂ ਉੱਥੇ ਨਹੀਂ ਹੈਗਾ, ਫਿਰ ਅਸੀਂ ਤੇ ਸੰਸਥਾ ਨੂੰ ਫੋਨ ਕਰਕੇ ਤੇ ਇਹਨੂੰ ਛੁਡਾਇਆ ਜਾ ਕੇ ਬੜੀ ਮੁਸ਼ਕਿਲ। ਹੁਣ ਕਿੱਥੇ ਲੈ ਕੇ ਚੱਲੇ ਇਹਨੂੰ? ਹੁਣ ਇੱਥੇ ਅਸੀਂ ਤੇ ਦੀਨਾਨਗਰ ਸਿੰਘੋਵਾਲ ਹਸਪਤਾਲ ਤੋਂ ਰੈਫਰ ਕੀਤਾ ਹੈ ਗੁਰਦਾਸਪੁਰ। ਗੁਰਜੀਤ ਸਿੰਘ ਹੈ ਜੀ ਮੇਰਾ ਨਾਮ। ਗੁਰਜੀਤ ਕੀ ਗੱਲਬਾਤ ਹੋ ਗਈ? ਗੱਲਬਾਤ ਕੁਛ ਨਹੀਂ ਹੋਈ ਜੀ, ਪਹਿਲਾਂ ਇਹਨਾਂ ਤੇ ਦਰਖਾਸਤ ਦਿੱਤੀ ਸੀ 7 ਤਰੀਕ ਦੀ, ਘਰ ਆ ਕੇ ਕੁੱਟ ਕੇ ਗਏ, ਠੀਕ ਨੀ, ਕੱਪੜੇ ਕੁੱਪੜੇ ਪਾ ਕੇ ਪਾੜ ਲਿਆ ਇਹਨਾਂ ਨੇ, ਤੇ ਹੁਣ ਇਹਨਾਂ ਨੇ ਵੇਖਿਆ ਮੈਂ ਇਕੱਲਾ ਹੀ ਆਇਆ ਕਰਦਾ, ਇਹਨਾਂ ਮੋਟਰਸਾਈਕਲ ਦੀ ਚਾਬੀ ਖੋ ਗਏ ਕਿੰਨੇ, ਤੇ 4 ਜਣੇ ਬਿੱਟੂ ਤੇ ਉਹਦੇ ਦੋਵੇਂ ਮੁੰਡੇ ਤੇ ਨਾਲ ਇੱਕ ਹੋਰ ਮੁੰਡਾ ਸੱਜੇ ਦਾ ਸੀ ਇਹਨਾਂ ਨੇ, ਉਹ ਚੁੱਕ ਕੇ ਲੈ ਗਏ ਘਰ। ਮੈਂ ਬਥੇਰਾ ਖੰਭੇ ਵੀ ਫੜੇ ਬਿਜਲੀ ਵਾਲੇ, ਦਰਵਾਜ਼ਾ ਵੀ ਕਿਸੇ ਦਾ ਫੜਿਆ, ਤਾਂ ਵੀ ਮੈਨੂੰ ਚੁੱਕ ਕੇ ਇਹਦੇ ਘਰ ਲੈ ਕੇ ਕੁੱਟਦੇ। ਉੱਥੇ ਜਾ ਕੇ ਇਹਨਾਂ ਨੇ ਪਹਿਲਾਂ ਪੁੱਠੀਆਂ ਕਿਰਪਾਨਾਂ ਮਾਰੀਆਂ, ਫਿਰ ਇਹਨਾਂ ਨੇ ਮੋਟਰਸਾਈਕਲ ਲਿਆ ਕੇ ਮੇਰੇ ਦਰਾਲ ਪਿੱਛੋਂ ਕਿੰਨਾ ਮਾਰਿਆ, ਸਾਡੇ ਘਰ ਦੇ ਆ ਕੇ ਛਡਾਉਣ ਲੱਗੇ, ਉਹਨਾਂ ਦੇ ਵੀ ਇਹਨਾਂ ਨੇ ਧੱਕੇ ਧੁੱਕੇ ਉਹਨਾਂ ਨੂੰ ਮਾਰੇ, ਫਰੰਦਰੂ ਫਰੰਦਰੂ ਉਹਨਾਂ ਦੇ ਲਾ ਕੇ। ਵਿਵਾਦ ਕਿਸ ਗੱਲ ਦਾ, ਕਿਹੜੀ ਗੱਲ ਤੋਂ ਲੜਾਈ ਹੋਈ ਹੈ? ਵਿਵਾਦ 6,000 ਦੇ ਪਿੱਛੇ ਜੀ, 6,000 ਸਵੇਰ 26,000 ਦੀ ਗੱਲ ਸੀ, ਤੇ 6,000 ਰੁਪਇਆ ਨੂੰ ਸਵੇਰੇ ਦੇਣਾ ਸੀ, 20,000 ਮੌਕੇ ਤੇ ਦੇ ਦਿੱਤਾ ਸੀ। ਕਾਹਦੇ ਪੈਸੇ? ਪ੍ਰੋਗਰਾਮ ਲਾਇਆ ਦਾ ਸੀ ਨਾ ਸੱਭਿਆਚਾਰ ਦਾ। ਅੱਛਾ ਜੀ। ਹਾਂਜੀ, ਉਹਦੇ ਹੀ ਪੈਸੇ, ਤੇ 6,000 ਸਵੇਰੇ ਉਹਨਾਂ ਨੇ ਗੂਗਲ ਪੇ ਕਰਨੀ ਸੀ, ਬਸ ਉਨੀ ਗੱਲ ਦਾ ਸਬਰ ਨਹੀਂ ਕੀਤਾ ਬੰਦੇ ਨੇ। ਕੰਮ ਕੀ ਕਰਦੇ? ਮੇਰੀ ਦੁਕਾਨ ਆ ਇਲੈਕਟ੍ਰੋਨਿਕ ਰਿਪੇਅਰ ਦਾ ਹੀ ਕੰਮ ਕਰੀਦਾ, ਮਾੜਾ ਮੋਟਾ ਹੀ, ਕੋਈ ਜ਼ਿਆਦਾ ਨਹੀਂ ਸਰ।
ਤੇ ਜਦੋਂ ਤੁਹਾਨੂੰ ਮਾਰਿਆ ਕਿੰਨੇ ਕਿੰਨੇ ਕੁ ਜਣੇ ਸੀ ਉਹਨਾਂ ਨਾਲ? ਉਹ ਤੇ ਸਾਰੇ ਜਨਾਨੀਆਂ ਵੀ ਉਹਨਾਂ ਦੀ ਕੁੱਟਾਈ ਕਰਦੀਆਂ ਸੀ ਬੰਦੇ ਦੀ ਸਾਰੇ ਰਲ ਕੇ। ਅੱਛਾ, ਦੋ ਵਜੇ ਛੱਡ ਗਏ। ਕਿਹੜੀ ਸੱਟ ਜ਼ਿਆਦਾ ਕਹਿ ਰਹੇ ਹੋ? ਕੀ ਮੇਰੇ ਰੀੜ ਦੀ ਹੱਡੀ 'ਚ ਹੈ ਨਾ, ਮੈਨੂੰ ਲੱਗੇ ਕੱਟਾਂ ਦੀ ਲੱਗ ਗਈ ਹੈ ਜ਼ਿਆਦਾ, ਅਤੇ ਮੋਢਾ ਜਿਹੜਾ ਉੱਤੇ ਉੱਤੇ ਲੱਗੇ ਕਰਦਾ ਲੈਫਟ ਵਾਲਾ। ਹੁਣ ਕੀ ਮੰਗ ਕੀ ਕਰਦੇ ਹੋ ਪ੍ਰਸ਼ਾਸਨ ਤੋਂ? ਜੋ ਕਾਰਵਾਈ ਕਰਨਗੇ ਪ੍ਰਸ਼ਾਸਨ ਨੂੰ ਵੇਖ ਕੇ ਜਾਂ ਮੈਡੀਕਲ ਕਰਾ ਕੇ ਫਿਰ ਜੀ ਹੋਏਗਾ। ਉੱਦਾਂ ਪਹਿਲਾਂ ਵੀ ਅਸੀਂ ਇੱਕ ਮੈਡੀਕਲ ਕਰਾਉਣ ਦਿੱਤੇ ਦਾ 7 ਤਰੀਕ ਦਾ, ਉਹਦੀ ਰਿਪੋਰਟ ਨਹੀਂ। ਅੱਛਾ, ਪਹਿਲਾਂ ਵੀ ਤੁਹਾਨੂੰ ਹੱਥੀ ਪਏ ਹੈ? ਹਾਂਜੀ, ਕੁੱਟਿਆ ਜੀ ਘਰ ਚੰਗੀ ਤਰ੍ਹਾਂ, ਉੱਦਣ ਵੀ ਦਿੱਤਾ ਇੱਕ ਮੈਡੀਕਲ, ਉਹਦੀ ਵੀ ਰਿਪੋਰਟ ਅਜੇ ਥਾਣੇ ਨਹੀਂ ਆਈ। ਠੀਕ ਹੈ ਵੀਰੇ। ਹਾਂਜੀ ਬਾਈ, ਕੀ ਨਾਮ ਹੈ ਜੀ? ਮੇਰਾ ਬਿੱਟੂ ਭਾਅ ਜੀ, ਬਿੱਟੂ ਖੋਖਰ ਹੈ। ਕੀ ਗੱਲਬਾਤ ਹੋਈ ਹੈ? ਗੱਲਬਾਤ ਕੁਛ ਨਹੀਂ ਭਾਅ, ਇਹਨਾਂ ਨਾਲ ਪੈਸੇ ਦਾ ਲੈਣ ਦੇਣੀ, ਮੇਰਾ ਗਰੁੱਪ ਹੈ ਸੱਭਿਆਚਾਰ ਗਰੁੱਪ, ਅਤੇ ਗਰੁੱਪ ਦੇ ਵਿੱਚ ਇਹਨਾਂ ਨਾਲ ਲੈਣ ਦੇਣੀ ਨੂੰ ਕਿਹਾ ਵੀ ਪੈਸੇ ਦਵਾ, ਅਤੇ ਉੱਥੋਂ ਚਲ ਗਿਆ ਆ। ਉਸ ਤੋਂ ਬਾਅਦ ਇਹਨੂੰ ਅਸੀਂ ਇਹਦੇ ਘਰ ਗਏ ਨੇ, ਥੋੜ੍ਹਾ ਜਿਹਾ ਬਦਤਮੀਜ਼ੀ ਨਾਲ ਬੋਲਿਆ, ਇਹਦੇ ਡੋਡੀ ਦੇ, ਇਹਦੇ ਦੇ ਘਰ ਗਏ ਹਾਂ, ਇਹਨੇ ਬਦਤਮੀਜ਼ੀ ਬੋਲੀ, ਚਲੋ ਸਾਡੀ ਖਿੱਚੂ ਹੋਈ ਆ, ਮੈਂ ਵੀ ਦਰਖਾਸਤ ਦਿੱਤੀ, ਇਹਨੇ ਵੀ ਦਰਖਾਸਤ ਦਿੱਤੀ। ਠੀਕ ਹੈ ਜੀ, ਹੁਣ ਮੈਨੂੰ ਜਦੋਂ ਦਰਖਾਸਤ ਦਿੱਤੀ ਸਾਡੇ ਕੋਲ 750 ਦਾ ਪਰਚੇ ਦੋਨਾਂ 'ਤੇ ਹੋ ਗਿਆ, ਮੈਂ ਜਦੋਂ ਥਾਣੇ ਜਾਂਦਾ ਥਾਣੇ ਨਹੀਂ ਆਉਂਦਾ। ਚਲੋ, ਮੇਰੀ ਇਹਦੇ ਨਾਲ ਹੁਣ ਫਿਰ ਲੜਾਈ ਹੋਈ ਆ। ਘਰੋਂ ਲੈ ਕੇ ਗਏ ਉਹਨੂੰ ਆਪਣੇ ਘਰ? ਨਹੀਂ ਭਾਅ ਜੀ, ਹਾਂਜੀ, ਸਾਡੀ ਗਲੀ 'ਚ ਹੀ, ਗਲੀ 'ਚ ਸਾਡੀ ਲੜਾਈ ਹੋਈ, ਫਿਰ ਅਸੀਂ ਉਹਨੂੰ ਘਰ ਖੜਿਆ ਵੀ ਆ ਬਹਿ ਕੇ ਗੱਲ ਕਰਨੀ। ਆਪਣੇ ਘਰ ਲੈ ਗਏ, ਪਹਿਲੇ ਕੁੱਟਿਆ ਫਿਰ ਘਰ ਲੈ ਗਏ? ਇਹ ਗੱਲ ਹੋਈ ਆ। ਹੁਣ ਭਾਅ ਜੀ ਮੈਨੂੰ ਵਿੱਚੋਂ ਪਤਾ ਲੱਗਣ ਡਿਆ, ਕਹਿੰਦੇ ਵੀ ਜੇ ਇਹਨੇ ਰਾਜੀਨਾਮਾ ਨਾ ਕੀਤਾ ਅਸੀਂ ਇਹਦਾ ਕਤਲ ਕਰਨਾ। ਮੇਰਾ ਕਤਲ ਕੱਲ੍ਹ ਪਰਸੋਂ ਹੱਥ ਨੂੰ ਹੋ ਜਾਏ। ਕੌਣ ਕਹਿੰਦਾ? ਜਿਹੜੇ ਇਹਨਾਂ ਦੇ ਨਾਲ ਬੰਦੇ ਆਏ ਆ। ਮੰਗ ਕੀ ਕਰਦੇ ਪ੍ਰਸ਼ਾਸਨ? ਮੰਗ ਭਾਅ ਜੀ ਇਹ ਪ੍ਰਸ਼ਾਸਨ ਕੋਲ ਕਰਦੇ ਆ, ਅਤੇ ਗੁੰਡਾ ਕਰਦੀ ਆ। ਜੇ ਮੈਂ ਕੀਤੀ ਆ, ਮੇਰੇ ਪੈਸੇ ਨਹੀਂ ਮਰੇ, ਮੇਰੇ ਕੋਲ ਗਲਤੀ ਹੋਈ, ਇਹਨਾਂ ਨੇ ਵੀ ਕੀਤੀ। ਹੁਣ ਮੈਨੂੰ ਧਮਕੀਆਂ ਡਿਆ ਵੀ ਜੇ ਇਹਨੇ ਰਾਜੀਨਾਮਾ ਨਾ ਕੀਤਾ ਮੈਂ ਬਸ ਇੱਕੋ ਕਾਰਵਾਈ ਕਰਦਾ ਕਿ ਉਹ ਬੰਦਾ ਇੱਕੋ ਫੋਨ ਤੇ ਪੈਸੇ ਦੇ ਦਿੰਦਾ, ਸਾਡੀ ਲੜਾਈ ਨਹੀਂ ਲੱਗਣੀ, ਉਹਦੀ ਗਲਤੀ ਕੋਈ ਨਹੀਂ ਕੱਢਣੀ। ਪੈਸਿਆਂ ਦਾ ਕਿੰਨੇ ਦਿਨਾਂ ਦਾ ਟਾਈਮ ਮਿਲਿਆ ਸੀ ਤੁਹਾਨੂੰ? ਪਰ ਇਹ ਟਾਈਮ ਮੈਨੂੰ ਕਿਤੇ ਮਿਲਿਆ? ਮੈਨੂੰ ਤੇ ਉਹ ਬੰਦਾ ਮਿਲਿਆ ਹੀ ਨਹੀਂ, ਮਿਲਦਾ ਹੀ ਨਹੀਂ। ਪਰ ਕਹਿੰਦੇ ਨਾ ਕੱਲ ਦਾ ਟਾਈਮ ਸੀ ਪੈਸੇ ਦੇ, ਪਰ ਇਹ ਕੱਲ ਦਾ ਟਾਈਮ ਉਹਨਾਂ ਨੇ ਦਿੱਤਾ ਸੀ ਵੀ ਡਾਇਰੈਕਟ ਪਾਲਟੀ ਨੂੰ ਫੋਨ ਕੀਤਾ ਸੀ। ਠੀਕ ਹੈ ਜੀ, ਤੇ ਮੈਨੂੰ ਹੁਣ ਪ੍ਰੈਸ਼ਰ ਪਿਆ ਜਾਣ ਡਿਆ ਭਾਜੀ, ਹਾਲਾਤ ਦੇਖ ਲਓ। ਜੇ ਕੱਲ ਦਾ ਟਾਈਮ ਦਿੱਤਾ ਸੀ ਭਾਈ, ਮੈਨੂੰ ਨਹੀਂ ਪਤਾ ਮੈਨੂੰ ਟਾਈਮ ਦਿੱਤਾ ਸੀ ਦੂਜੀ ਪਾਲਟੀ ਨੇ, ਕਿਤੇ ਮੇਰਾ ਸੱਜਣ ਨਹੀਂ ਕੋਈ। ਹਾਂਜੀ, ਉਹ ਕਹਿੰਦੇ ਦਿਆਂਗੇ ਅਗਲੇ, ਉਹ ਵੀ ਮੁਕਰ ਗਏ, ਕਹਿੰਦੇ ਜੇ ਤੁਹਾਡਾ ਬੰਦਾ ਹੀ ਨਹੀਂ ਤੁਹਾਨੂੰ ਦੇਣ 'ਚ ਰਾਜੀ ਤਾਂ ਅਸੀਂ ਕੋ ਦਈਏ। ਠੀਕ ਹੈ, ਬਾਕੀ ਜੋ ਭਾਅ ਜੀ ਬਣਦੀ ਕਾਰਵਾਈ ਆ ਉਹ ਕਰੋ, ਤੁਸੀਂ ਮੇਰੇ 'ਤੇ ਵੀ ਕਰੋ, ਉੱਥੇ ਵੀ ਕਰੋ, ਮੇਰਾ ਤਾਂ ਡੋਡੀ ਦਾ ਮਸਲਾ ਆ।